ਸਾਰੇ ਨੇ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੰਗਦ ਸਾਨੂੰ ਲੈ ਕੇ ਚੱਲਿਆ ਜੰਗਲ ਕਿੱਥੇ ਲੈ ਕੇ ਚੱਲਿਆ ਕਿੱਥੇ ਚੱਲੇ ਪਤਾ ਆਪਾਂ ਅੱਜ ਆਪਾਂ ਚੱਲੇ ਆ ਮੰਮਾ ਦੇ ਨਾਲ ਤੇਰੀ ਮੰਮੀ ਦੇ ਨਾਨਕੇ ਤੇ ਤੇਰੇ ਮਾਮੇ ਦੇ ਨਾਨਕੇ ਤੇ ਤੇਰੇ ਤੇਰੇ ਨਾਨੇ ਦੇ ਸਾਰੇ ਤੇ ਤੇਰੀ ਨਾਨੀ ਦੇ ਪਿੰਡ ਹਨਾ ਨਾਨੀ ਆਈ ਨੀ ਵਿਚਾਰੀ ਓ ਯਾਰ ਉਹ ਖਾਸੀ ਗਿਆ ਇਹ ਹਰਦਾ ਨਹੀਂ ਹੈਗਾ ਨਹੀਂ ਨਾਨੀ ਨੂੰ ਵੀ ਨਾਲ ਲੈ ਕੇ ਜਾਣਾ ਲੈ ਹੁਣ ਪੁੱਤ ਇੱਧਰ ਆ ਫਿਰ ਇੱਧਰ ਆ ਜਾ ਚੱਲ ਉੱਧਰ ਬਹੁਤ ਬਹੁਤ ਚਲਾ ਦੇ कनेडा च की होगा वाहेगुरु जा करवाता इधर देख लो जोधे नू आता जोधे ने पाई ने गड्डी गुड्डी वाली हां जी बस बहुत आप बेल्ट लाने रोटी की बस ओदो दी गई हुई ओदो भी अद्धा घंटा घंटा खड़े बस तुम हरेक छुट्टियां हां जी हर एक छुट्टियां दे विच स्पेशली मैं ते मम्मी दा जिद्द तक मेरी 12वीं हुई है 12वीं क्लास तक जोदा हट गया सी क्योंकि जोदा काम बहुत करदा खेतीबाड़ी दा सारा ए संभालदा हां भाई तुसी असीं थल्ले खड़ गया जून दीयां छुट्टियां च भी जाणा दिसंबर दीयां जिहड़ी 10 छुट्टियां हुंदी असीं ओदो भी असीं जाणा मैं ते राइट अंगद दे नाल जोणी है ना लो जी पहुंच गए आपां सौरा साहब दे सौरे कोई सौरे छड्डने नहीं आगदी सारेयां दे जाणा वा कर दो पार्क गड्डी मोटा हो गया सेम सेम हो गए सारे मनिंदर मोटे हो रहे ने नानी दे नानी दे पिंड आ गए आ जा ना मत कहदा मेरे कोल ही आऊगा मामी ऊ तंग तो उधर जांदा नहीं सीगा जी देख लो जेड़ा इनू कोल दिन इक दिन दा ओदे के नहीं आ लिमके करके जा रहे उधर नु तू तो ए किसी तो हाथ नहीं आ गए आ गए आ गए आ जा आ जा बदिया आ जाएंगे तेरे कोल पानी बुला पानी पी लो पानी दे आ गए इनू ए मामा जी तो पी गए पानी इनू किथे बदिया लगना सही गल है सारेयां तो पी गए पहला मेरे तो योदे तो देखदा ले इना शरीफ तो है नही उधर चलो गोल गप्पे दही भले मैं स्प्रिंग रोल भी फड़ लिया शन चक नाभे शहर शॉपिंग करते फिर रहे मैं चलो कुछ खा पी भी लाइए आहो सारे वास्ते योदा ते मनिंदर मेरे नाम वाला ही मामे का मुंडा वा वह गड्डी च बैठे ने असी कपड़े लेके आए जी काफ़ी शन वास्ते भी थोड़े जे शन वास्ते सूट भी लेने से असी पर उत्थे पसंद नहीं आए है इन्होंने तो गल ही पसंद मैनू नहीं पसंद है फिर जो मैं इन्हों समझाया फिर इन्हों भी नहीं पसंद आए मेरी निगर नाल जो इन्होंने देखा तो देख लो हूँ ये मगर चल मामी जी है ना सू नाभे बहुत लेट हो गया मगर चलो धारा चुन गए ने दो दिया धारा चुन गए दो मझा दिया ना एक माझे एक गां हां चलो एक माझे उधर भी जाके आने हां उधर जाया मेरे कपड़े किवें लगे तन्नु जिने मैं सिलेक्ट किते थोड़े कपड़े बहुत सोहने मैं 12000 दे कपड़े लेने अज वो भी जड़े सिंपल जे होंदे इक शर्म शू मिल गए लगने वधिया हां इक मैनु शू मिल गए ओ वाले वधिया ने वो शू ओ लाइक ओ ने ऑल टाइम शू ने हां जी ओ हमेशा हरेक दी पाए होंदे हां जी हां जी पानी पी चाहिए थे लगी हुई है
ਉਹੋ ਜਿਹੇ ਮੈਨੂੰ ਚਾਹੀਦੇ ਵੀ ਸੀਗੇ ਮੈਂ ਕਿਹਾ ਚੱਲ ਉਹ ਉੱਧਰ ਗਏ ਹੋਏ ਨੇ ਉਦੋਂ ਤੱਕ ਮੈਂ ਉਹਨਾਂ ਦੀ ਪਿਆਜ਼ ਕੱਟ ਕੇ ਰੱਖਦਾ ਓਏ ਅੰਗਦ ਕੀ ਕਰਦਾ ਤੂੰ ਇਹ ਤਾਂ ਜੀ ਸੁੱਚਾਂ ਨਾਲ ਖੇਡਦਾ ਰਹਿੰਦਾ ਤਾਂ ਖੜਾ ਦਿਉ ਬਸ ਇਹਨੇ ਸੁੱਚਾਂ ਦੱਬੀ ਜਾਣੀ ਆ ਉਹ ਜਾਂਦਾ ਨਹੀਂ ਵੈਸੇ ਘੱਟ ਜਾਂਦਾ ਗੋਦੀ 'ਚ ਗੱਲਾਂ ਹੋ ਰਹੀਆਂ ਨੇ ਜੀ ਹਨੇਰਾ ਹੋ ਗਿਆ ਤੁਹਾਨੂੰ ਚਾਨਣੇ 'ਚ ਕੱਲੂ ਘਰ ਦਿਖਾਵਾਂਗੇ ਹੁਣ ਤਾਂ ਬਹੁਤ ਹਨੇਰਾ ਹੋ ਗਿਆ ਸਾਨੂੰ ਸ਼ੋਪਿੰਗ ਕਰਦੇ ਵਾਲਾ ਜ਼ਿਆਦਾ ਟਾਈਮ ਲੱਗ ਗਿਆ ਹਨਾ ਆਪਦੇ ਨਾਨਕੇ ਵੱਲੋਂ ਜੀ ਚਾਈ ਵੱਖਰਾ ਹੁੰਦਾ ਜਿਵੇਂ ਤੁਸੀਂ ਨਹੀਂ ਕਹਿੰਦੇ ਹੁੰਦੇ ਸੀ ਸਾਨੂੰ ਨਾਨਕੇ ਜਾ ਕੇ ਉਹ ਵਾਲੀ ਫੀਲਿੰਗ ਲੈਣੀ ਨੇ ਭਾਜੀ ਖਾ ਲਾਂਗੇ ਜਲੇਬੀਆਂ ਪਹਿਲਾਂ ਇਹਨਾਂ ਨੇ ਮੈਨੂੰ ਜਿਹੜੀਆਂ ਚੱਪਲਾਂ ਦਿੱਤੀਆਂ ਉਹ ਐਕਿਊਪ੍ਰੈਸ਼ਰ ਵਾਲੀਆਂ ਸੀਗੀਆਂ ਉਹ ਪਹਿਲਾਂ ਤਾਂ ਪਾ ਕੇ ਬੜਾ ਸਵਾਦ ਆਇਆ ਪਰ ਫਿਰ ਜਦੋਂ ਮੈਂ ਨੱਭ ਚਲੀ ਗਿਆ ਸ਼ੋਪਿੰਗ ਕਰਨ ਬਈ ਉਹ ਤਾਂ ਪੈਰ 'ਚ ਚੁਭਣ ਲੱਗ ਗਈਆਂ ਪੈਰ ਵਾਲੀ ਨਾਜ਼ੁਕ ਹੋ ਗਏ ਹਾਂ ਬੋਲ ਆ ਜਾਓ ਵੀ ਆਹ ਤੁਹਾਨੂੰ ਇੱਕ ਫਰੇਮ ਦੇ ਵਿੱਚ ਦੋ ਮਨਿੰਦਰ ਦਿਖਾਈਏ ਆ ਜਾ ਇੱਧਰ ਨੂੰ ਇਹ ਸਾਡੇ ਇਹ ਸ਼ਰਨ ਦੇ ਨਾਲ ਇਹ ਆਇਆ ਸੀਗਾ ਲੈ ਹੁਣੇ ਪਾਸੇ ਪਾਸੇ ਜਾਈ ਜਾਂਦਾ ਉਹ ਲੈ ਖਾ ਲਾ ਤੇ ਇਹਨਾਂ ਨਾਲ ਸਾਡਾ ਕ੍ਰਿਕਟ ਦਾ ਮੈਚ ਹੋਇਆ ਸੀਗਾ ਕੀ ਹੋਇਆ ਸੀ ਕ੍ਰਿਕਟ ਦੇ ਮੈਚ 'ਚ ਬਸ ਅਸੀਂ ਹਾਰ ਗਏ ਸੀ ਬੜਾ ਬੁਰਾ ਹਾਲ ਹੋਇਆ ਸੀ ਹੁਣ ਇਹਨਾਂ ਦੇ ਪਿੰਡ ਦੀ ਟੂਰਨਾਮੈਂਟ ਲੱਗ ਜਾਣਾ ਠੀਕ ਹੈ ਅੰਗਦ ਹਾਂ ਲੈ ਪੁੱਤ ਖਾ ਤੇ ਜਲੇਬੀਆਂ ਵੀ ਉੱਥੋਂ ਹੀ ਲਈਆਂ ਸੀਗੀਆਂ ਗਰਮਾ ਗਰਮ ਹੁਣ ਤਾਂ ਥੋੜ੍ਹੀ ਠੰਡੀ ਹੋ ਗਈ ਦੇ ਰਿਹਾ ਪੁੱਤੂ ਹੱਥ ਨਹੀਂ ਲਾਉਣਾ ਫਿਰ ਗੰਦੇ ਹੋ ਜਾਣੇ ਹੱਥ ਚਿਪਕੇ ਹੋਏ ਇਹ ਕਹਿੰਦਾ ਮੈਂ ਕੁੱਟੇ ਇਹ ਕਹਿੰਦਾ ਮੈਂ ਆਹ ਫੜ ਕੇ ਖਾਣੀ ਹੈ ਜਲੇਬੀ ਲੋ ਕਿਉਂ ਮੈਂ ਵੀ ਖਾਣੀ ਹੈ ਮੈਂ ਆਪੇ ਖਾਣਾ ਕੀ ਬਣ ਰਿਹਾ ਫਿਰ ਅੱਜ ਦਾਲ ਐਂਡ ਇੱਕ ਸੁੱਕੀ ਸਬਜ਼ੀ ਹੈ ਜੀ ਸ਼ਿਮਲਾ ਮਿਰਚ ਦਾਲ ਲੱਸੀ ਲੱਸੀ ਬਣਾ ਦਿਓ ਮੈਨੂੰ ਕੱਚੀ ਕੱਚੀ ਲੂਣ ਵਾਲੀ ਲੂਣ ਪਵਾਉਣਾ ਦੱਸੋ ਜੀ ਕਿੰਨਾ ਕੁ ਮਾਮੀ ਸ਼ਾਨ ਦੇ ਤੋਂ ਵੱਧ ਗੋਰੀ ਆ ਮਾਮੀ ਤਾਂ ਹੈ ਹੀ ਅੰਗਰੇਜ਼ ਦੇ ਤਾਂ ਸਾਡੇ ਘਰ ਦੇ ਸਾਡੀ ਸਾਰੇ ਪਿੰਡ ਦੀ ਸਭ ਤੋਂ ਸੋਹਣੀ ਨੂੰਹ ਆ ਹਾਂ ਜੀ ਐਂ ਤਾਂ ਇਹਦਾ ਸਾਡਾ ਮਾਮਾ ਵੀ ਇੰਨਾ ਹੀ ਸੋਹਣਾ ਹਾਂ ਮੈਂ ਕਹਿਣ ਲੱਗਾ ਸੀਗਾ ਹਾਂ ਦੇਖਿਆ ਸਾਡਾ ਮਾਮਾ ਵੀ ਇੰਨਾ ਸੋਹਣਾ ਮਾਮੀ ਤੋਂ ਘੱਟ ਨਹੀਂ ਇੰਨੇ ਲੰਬੇ ਨੇ ਸੋਹਣੇ ਨੇ ਜਰ ਇਹਨਾਂ ਦਾ ਪ੍ਰਾਉਣਾ ਘੱਟ ਸੋਹਣਾ ਆਪਣੀ ਲੱਸੀ ਤਿਆਰ ਹੋ ਰਹੀ ਹੈ ਹਾਂ ਬਈ ਇਹ ਸਾਡਾ ਮੁੰਡਾ ਮਨਿੰਦਰ ਇੱਧਰ ਮੂੰਹ ਕਰ ਵੀ ਰੋਟੀ ਲੈ ਕੇ ਆਇਆ ਠੀਕ ਆ ਬਈ ਕਿਹੜੇ ਪਾਸੋਂ ਲੱਗਦਾ ਲੈ ਇਹ ਤਾਂ ਛੋਟਾ ਜਿਹਾ ਤਾਂ ਹੈਗਾ ਮੇਰਾ ਭਾਈ ਤੇ ਉਹ ਜਿਹੜੇ ਆਪਾਂ ਕੱਲ ਕੱਪੜੇ ਲਏ ਸੀਗੇ ਉਹ ਦਿਖਾ ਦਈਏ ਜਿਹੜੇ ਮੈਂ ਲਏ ਨੇ ਸ਼ਾਨ ਦਿਖਾਈ ਕੱਢ ਕੱਢ ਕੇ ਛੇਤੀ ਛੇਤੀ ਦਿਖਾ ਦੇ ਫਿਰ ਬ੍ਰੇਕਫਾਸਟ ਵੀ ਕਰਨਾ ਆਪਾਂ ਇਹ ਮੈਂ ਐਂਡ ਚ ਲੈ ਲਈਆਂ ਜਿਹੜੇ ਉਹ ਕਹਿੰਦਾ ਸੀ ਪੈਸੇ ਬਚੇ ਨੀ ਫਿਰ ਮੈਂ ਵਾਲੀਆਂ ਸ਼ਰਟ ਐਂਡ ਚ ਲੈ ਲਈਆਂ ਆ ਵੀ ਆ ਤਿੰਨੇ ਲੈ ਆ ਮੈਂ ਇਹ ਨਾ ਹਲੇ ਓਨਾ ਵਧੀਆ ਨਹੀਂ ਸੀ ਜਿੰਨਾ ਮੈਨੂੰ ਚਾਹੀਦਾ ਸੀਗਾ ਇਹ ਤਾਂ ਤਿੰਨੇ ਸਸਤੀਆਂ ਨੇ ਆਹ ਵਾਲੀਆਂ ਵਧੀਆ ਨੇ ਖੋਲ ਕੇ ਦਿਖਾਓ ਨਾ ਜਿਵੇਂ ਉਹ ਦਿਖਾਉਂਦੇ ਵੀਰ ਜੀ ਕੱਪੜਾ ਦੇਖੋ ਕੁਆਲਿਟੀ ਦੇਖੋ ਨਵਾਂ ਪੀਸ ਆਇਆ ਹਾਂ ਨੀ ਆਹ ਤਾਂ ਸੋਹਣੇ ਨੇ ਆਹ ਸ਼ਰਟ ਬਹੁਤ ਸੋਹਣੀ ਆ ਨਾ ਉਹ ਸਾਰੇ ਆਪਾਂ ਰੰਗ ਵਧੀਆ ਨਾ ਅਲੱਗ ਅਲੱਗ ਲੈ ਕੇ ਯਾਰ ਉੱਥੇ ਤਾਂ ਵੱਧ ਲੱਗਦੀਆਂ ਸੀ ਬਸ ਇੰਨੀਆਂ ਕੀ ਲਈਆਂ ਹਾਲੇ ਵੀ ਘੱਟ ਲੱਗ ਰਹੀਆਂ ਮੈਨੂੰ ਅੱਛਾ ਸਾਰੇ ਆਪਾਂ ਵੈਸੇ ਵਧੀਆ ਗੱਲ ਕੀਤੀ ਅਲੱਗ ਰੰਗ ਆਹ ਯੋਧੇ ਦੀ ਪਸੰਦ ਯੋਧੇ ਨੂੰ ਵਧੀਆ ਲੱਗੀ
ਯਾਦ ਆ ਆਪਾਂ ਜੋ ਉਹਨੂੰ ਇੱਕ ਵਾਰੀ ਕੈਨੇਡਾ ਤੋਂ ਹੁੱਡੀ ਲਿਆ ਕੇ ਦਿੱਤੀ ਸੀ ਸੇਮ ਇਹੀ ਜਿਹੀ ਸੀ ਯੈਲੋ ਰੈਡ ਗ੍ਰੀਨ ਆ ਬਲੂ ਆ ਵੀ ਕਲਰ ਸੋਹਣਾ ਇਹਦਾ ਕੱਪੜਾ ਵਾਲਾ ਕਿੰਨੇ ਸੋਹਣਾ ਕੱਪੜਾ ਇੰਨਾ ਸੋਫਟ ਹੈ ਦਾ शर्ट एक होर लई है ਇਹ ਮਾਮੀ ਜੀ ਨੂੰ ਪਸੰਦ ਸੀ ਮੈਨੂੰ ਵੀ ਪਸੰਦ ਸੀ ਸ਼ਰਨ ਨੂੰ ਵੀ ਪਸੰਦ ਸੀ ਯੋਧੇ ਨੂੰ ਕੋਈ ਹੋਰ ਪਸੰਦ ਸੀਗੀ ਮਾਮੀ ਜੀ ਕਹਿ ਰਹੇ ਨੇ ਕਿ ਮਾਮਾ ਜੀ ਵੀ ਇਹੀ ਜੀ ਲੈ ਆਉਣ ਹਾਂ ਰੰਗ ਸੋਹਣਾ ਲੈ ਲੈ ਮਾਮਾ ਜੀ ਤੁਸੀਂ ਲੈ ਲਓ ਬਸ ਆ ਰੱਖ ਲਓ ਨਾ ਕੋਈ ਨਹੀਂ ਹੋਰ ਲੈ ਆਉਣਗੇ ਮਾਮਾ ਜੀ ਤਾਂ ਜਾਂਦੀ ਰਹਿੰਦੇ ਨੇ ਉਹਦੇ ਇਹਦੇ ਚ ਪਿੰਕ ਜਿਹਾ ਰੰਗ ਇਹਦਾ ਸਾਈਜ਼ ਵੀ ਡਬਲ ਐਕਸਲ ਪਿੰਕ ਜਿਹਾ ਬਾਹਲਾ ਪਿੰਕ ਵੀ ਨਹੀਂ ਕੁੜੀਆਂ ਜਿਹੜਾ ਲਾਈਟ ਜਿਹਾ ਸੀ अपनी फेवरेट दसो जी है सब तो वाद ना एक अपनी एक दसो भी किन सब तो वादिया लगी शरण ने तो आ वादिया लगी है जी एडिडास वाली है चलो तेन ये वादिया लगी मामा जी तुम दसो थोन के लगी इन्हों वादिया लगी मामा जी थोन योदे तेन एक एक येलो तो योदे नहीं दवाई मैं केड़ा साइड ते करते योदा का योदा कहिंदा नहीं भाई नहीं मैनू बहुत वधिया लगे कपड़े खराब हो गया नवा फोन लेके गिफ्ट किया वा सासू मां नू वीडियो भी आ चुकी है मिलांगे तुहानू अगली वीडियो तद तक सारयां नू लव यू टेक केयर ते बाय।